ਇਹ ਤਸਵੀਰਾਂ ਨੇ ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਅਧੀਨ ਪੈਂਦੀ ਚੌਂਕੀ ਢੰਡਾਰੀ ਕਲਾਂ ਦੀਆਂ, ਜਿੱਥੇ ਤਾੜ ਤਾੜ ਦੀਆਂ ਇਹ ਆਵਾਜ਼ਾਂ ਸੁਣ ਕੇ ਕੋਈ ਵੀ ਇਹ ਭੁਲੇਖਾ ਖਾ ਸਕਦਾ ਕਿ ਇੱਥੇ ਰੋੜੀ ਕੁੱਟੀ ਜਾ ਰਹੀ ਹੈ। ਪਰ ਨਹੀਂ ਜਨਾਬ, ਇਹ ਆਵਾਜ਼ਾਂ ਰੋੜੀ ਕੁੱਟਣ ਦੀਆਂ ਨਹੀਂ, ਬਲਕਿ 50-60 ਕਿੰਨਰਾਂ ਵੱਲੋਂ ਤਾੜੀਆਂ ਮਾਰ ਮਾਰ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਨੇ, ਜਿਹੜੇ ਆਪਣੇ ਇੱਕ ਕਿੰਨਰ ਦੇ ਘਰ ਵਾਲੇ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਖਫਾ ਹੋ ਕੇ ਉਸ ਨੂੰ ਪੁਲਿਸ ਹਿਰਾਸਤ 'ਚੋਂ ਛੁਡਵਾਉਣ ਲਈ ਆਏ ਨੇ। ਦਰਅਸਲ ਫੋਕਲ ਪੁਆਇੰਟ ਅਧੀਨ ਪੈਂਦੇ ਖੇਤਰ 'ਚ ਇੱਕ 17 ਸਾਲ ਦੀ ਨਾਬਾਲਿਗ ਲੜਕੀ ਨਾਲ 3-4 ਬੰਦਿਆਂ ਨੇ ਬਲਾਤਕਾਰ ਕੀਤਾ ਸੀ, ਜਿਸ ਮੁਕਦਮੇ 'ਚ ਅੱਜ ਪੁਲਿਸ ਇਹਨਾਂ ਕਿੰਨਰਾਂ ਦਾ ਡਰਾਈਵਰ ਤੇ ਰਿਪੀ ਕਿੰਨਰ ਦਾ ਘਰ ਵਾਲਾ ਫੜ ਲਿਆ, ਜਿਸ ਤੋਂ ਇਹ ਸਾਰੇ ਭੜਕ ਕੇ ਨੰਗੇ ਹੋ ਕੇ ਤੇ ਤਾੜੀਆਂ ਮਾਰ ਮਾਰ ਸਾਰੀ ਚੌਂਕੀ ਸਿਰ ਤੇ ਚੁੱਕ ਲਈ। ਫਿਰ ਪੁਲਿਸ ਤਾਂ ਆਖਿਰ ਪੁਲਿਸ ਹੁੰਦੀ ਹੈ, ਥੋੜੀ ਦੇਰ ਤਾਂ ਸਾਰੇ ਪੁਲਿਸ ਚੁੱਪ ਕਰਕੇ ਦੇਖਦੀ ਰਹੀ, ਤੇ ਜਦੋਂ ਮਾਮਲਾ ਸਿਰੋਂ ਉੱਪਰ ਲੰਘਦਾ ਦਿਸਿਆ ਤਾਂ ਸਾਰੇ ਜਾਣੇ ਕੱਢ ਲਿਆਏ ਆਪਣੇ ਆਪਣੀਆਂ ਡਾਂਗਾਂ, ਤੇ ਜਦੋਂ ਇਹਨਾਂ ਦੇ ਨੰਗੇ ਪਿੰਡ ਦੇ ਪੁਲਿਸ ਵਾਲਿਆਂ ਨੇ ਡਾਂਗਾਂ ਫੇਰੀਆਂ ਤਾਂ ਚਿੰਗਿਆੜਾ ਮਾਰਦੇ ਸਾਰੇ ਜਾਣੇ ਕਿੱਧਰ ਗਏ ਇਹ ਪੁਲਿਸ ਵਾਲੇ ਵੀ ਬਾਅਦ ਵਿੱਚ ਲੱਭਦੇ ਫਿਰਦੇ ਰਹੇ। ਇਸ ਤੋਂ ਬਾਅਦ ਸ਼ੁਰੂ ਹੋਇਆ ਫਿਰ ਪੁਲਿਸ ਦਾ ਉਹ ਪੁਰਾਣਾ ਬਿਆਨ ਕਿ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਸੀ, ਅਸੀਂ ਤਾਂ ਇਸ ਕਰਕੇ ਸਖਤੀ ਕੀਤੀ ਹੈ। ਆਓ ਸੁਣੀਏ ਜਿਹੜਾ ਚੌਂਕੀ ਇੰਚਾਰਜ ਦਾ ਇਹ ਬਾਕੀ ਦਾ ਬਿਆਨ ਕਹਿੰਦਾ ਹੈ, ਹੁਣ ਸਾਰਿਆਂ ਨੂੰ ਅੰਦਰ ਦੇਵਾਂਗੇ। ਇੱਕ ਨਾ ਫੋਕਲ ਪੁਆਇੰਟ ਥਾਣੇ ਦੇ ਵਿੱਚ 42 ਨੰਬਰ ਮੁਕੱਦਮਾ ਦਰਜ ਹੋਇਆ 376 ਦਾ, ਇੱਕ ਲੜਕੀ ਦੇ ਨਾਲ 17 ਸਾਲਾਂ ਦੀ ਕੁੜੀ ਦੇ ਨਾਲ 3-4 ਬੰਦਿਆਂ ਨੇ ਰੇਪ ਕੀਤਾ, ਉਹਦੇ 'ਚ ਇੱਕ ਔਰਤ ਵੀ ਆ, ਇੱਕ ਇਹਨਾਂ ਦਾ ਡਰਾਈਵਰ ਆ ਨਾਲ ਮਹੰਤਾਂ ਦਾ ਰਿਮਤੀ ਮਹੰਤ ਦੇ ਘਰ ਵਾਲਾ ਵੀ ਆ ਉਹ। ਅੱਛਾ, ਉਹ ਰੇਪ ਕੀਤਾ ਉਹਨਾਂ ਨੇ, ਉਹਨੂੰ ਅੱਜ ਇਸ ਮੁਕੱਦਮੇ 'ਚ ਅਰੈਸਟ ਕੀਤਾ ਸੀਗਾ। ਅਰੈਸਟ ਕੀਤੇ ਨੂੰ ਉਹਨੂੰ ਛਡਾਉਣ ਦੇ ਚੱਕਰ 'ਚ ਆ ਕੇ ਸੰਤਰੀ 'ਤੇ ਹਮਲਾ ਕਰਤਾ ਅਤੇ ਸਾਡੇ ਇੱਟਾਂ ਬੱਟੇ ਮਾਰੇ ਹੋਰ ਮੁਲਾਜ਼ਮਾਂ ਦੇ ਵੀ, ਅਤੇ ਮਾਰ ਕੇ ਉੱਥੋਂ ਭੱਜ ਗਏ। ਇਹ ਢੰਡਾਰੀ ਚੌਂਕੀ ਥਾਣੇ ਫੋਕਲ ਪੁਆਇੰਟ ਦੀ ਕਾਰਵਾਈ ਵਰਦੀ ਪਾੜੀ ਆ ਜੀ, ਮੁਕੱਦਮਾ ਦਰਜ ਕਰਾਂਗੇ। ਅਤੇ ਹੋਰ ਮੁਲਾਜ਼ਮਾਂ ਦੇ ਨਹੀਂ ਆ ਰਹੇ ਨੇ ਕੋਈ ਉਹ ਕਰਵਾਉਣ ਵਾਸਤੇ, 353-186 ਦੇ ਤਹਿਤ ਮੁਕੱਦਮਾ ਦਰਜ ਕਰਾਂਗੇ। ਨਹੀਂ ਹੁਣ ਮੈਂ ਤਾਂ, ਅਸੀਂ ਤਾਂ ਪਹਿਲਾਂ ਆ ਗਏ, ਮੈਨੂੰ ਹੋਰ ਨਹੀਂ ਵਿੱਚ ਪੂਰਾ ਪਤਾ, ਇੱਟਾਂ ਮਾਰੀਆਂ ਨਾ ਉੱਥੋਂ ਹੋਰ ਕਾਫੀ ਬਹੁਤ ਜ਼ਿਆਦਾ ਉਹਨਾਂ ਨੂੰ, ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਹਾਂ, ਹੋਰ ਕੀ ਹੈ। ਪਿਛਲੇ ਕੁਝ ਸਮੇਂ ਤੋਂ ਜਿੱਥੇ ਕਿੰਨਰਾਂ ਦੇ ਨੰਗੇ ਹੋ ਕੇ ਪ੍ਰਦਰਸ਼ਨ ਕਰਨ ਦੇ ਮਾਮਲੇ ਵਧੇ, ਉੱਥੇ ਦੂਜੇ ਪਾਸੇ ਪੁਲਿਸ ਵਾਲਿਆਂ ਦੀ ਇਹਨਾਂ ਤੇ ਸਖਤੀ ਵੀ ਵਧੀ ਹੈ, ਜਿਹੜਾ ਪਹਿਲਾਂ ਪਟਿਆਲਾ ਤੇ ਫਿਰ ਹੁਣ ਲੁਧਿਆਣਾ ਦੇ ਮਾਮਲੇ ਸਾਬਿਤ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੁੱਟ ਖਾਣ ਤੋਂ ਬਾਅਦ ਕਿੰਨਰ ਭਾਈਚਾਰੇ ਦੇ ਲੋਕ ਸ਼ਾਂਤ ਹੋਣਗੇ ਜਾਂ ਇੱਕ ਵਾਰ ਫਿਰ ਇਹੋ ਜਿਹੀਆਂ ਤਸਵੀਰਾਂ ਹੀ ਦੇਖਣ ਨੂੰ ਮਿਲਣਗੀਆਂ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।